ਹਰ ਰੋਜ਼ ਸੜਕ ਹਾਦਸਿਆਂ ਤੇ ਬਿਮਾਰੀਆਂ ਦੇ ਚਲਦਿਆਂ ਅਨੇਕਾਂ ਹੀ ਕੀਮਤੀ ਜਾਨਾਂ ਜਾਣਾ ਤਾਂ ਆਮ ਹੀ ਸੁਣਿਆ ਹੋਵੇਗਾ, ਪਰ ਭਰਿੰਡ ਦੇ ਲੜ ਜਾਣ ਕਾਰਨ ਮੌਤ ਹੋਣਾ ਇਹ ਸ਼ਾਇਦ ਪਹਿਲੀ ਵਾਰ ਸੁਣਿਆ ਹੋਵੇਗਾ। ਪਰ ਇਹ ਯਕੀਨ ਨਹੀਂ ਹੋਵੇਗਾ ਕਿ ਕਿਸੇ ਵਿਅਕਤੀ ਦੀ ਭਰਿੰਡ ਲੜ ਜਾਣ ਦੇ ਕਾਰਨ ਮੌਤ ਹੋ ਜਾਵੇਗੀ, ਪਰ ਇਹ ਬਿਲਕੁਲ ਸੱਚ ਹੈ। ਨਾਭਾ ਸ਼ਹਿਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸ਼ਰਮਾ ਦੀ ਗਰਦਨ ਤੇ ਭਰਿੰਡ ਲੜਨ ਨਾਲ ਹੋਈ ਮੌਤ ਨੇ ਪਰਿਵਾਰ ਦੇ ਮੈਂਬਰਾਂ ਨੂੰ ਝੰਜੋੜ ਕੇ ਰੱਖ ਦਿੱਤਾ। ਅੰਮ੍ਰਿਤਪਾਲ ਸ਼ਰਮਾ 33 ਸਾਲਾਂ ਦਾ ਸੀ ਅਤੇ ਉਹ ਲੁਧਿਆਣਾ ਵਿਖੇ ਨੌਕਰੀ ਕਰਦਾ ਸੀ, ਪਰ ਇਸ ਬੇਬਖਤੀ ਮੌਤ ਦੀ ਘਟਨਾ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਉਦੋਂ ਮਾੜੀ ਜਿਹੀ ਹੋਈ ਤੇ ਉਦੋਂ ਅਸੀਂ ਟਾਈਮ ਸਾਂਭ ਲਿਆ ਸੀ, ਅਸੀਂ ਉੱਥੇ ਉੱਥੇ ਥੋੜ੍ਹਾ ਜਿਹਾ ਜ਼ਿਆਦਾ ਕੰਮ ਹੋ ਗਿਆ, ਉੱਥੇ ਸਮੇਂ ਵਾਲੀ ਅਸੀਂ ਟਾਈਮ 'ਤੇ ਪਹੁੰਚੇ ਨਹੀਂ ਹੈਗੇ। ਮੇਰਾ ਤਾਂ ਪੁੱਤ ਘਰ ਵੀ ਉੱਜੜ ਗਿਆ, ਮੇਰਾ ਡਿੱਗੀ ਉੱਜੜ ਗਿਆ। ਪ੍ਰਿੰਟ ਤੋਂ ਤਾਂ ਇਹਨੂੰ ਸ਼ੁਰੂ ਤੋਂ ਐਲਰਜੀ ਸੀਗੀ ਜੀ, 4-5 ਸਾਲ ਤੋਂ ਸਾਨੂੰ ਪਤਾ ਲੱਗਿਆ ਸੀਗਾ ਵੀ ਜਦੋਂ ਵੀ ਇਹਦੇ ਪ੍ਰਿੰਟ ਲੜਦੀ ਸੀ ਤਾਂ ਇਹਦਾ BP ਲੋਅ ਹੋ ਜਾਂਦਾ ਸੀਗਾ। ਅਸੀਂ ਹੋਸਪਿਟਲ ਲੈ ਕੇ ਜਾਂਦੇ ਸੀਗੇ ਤਾਂ ਇੱਕ ਇੰਜੈਕਸ਼ਨ ਲੱਗਦਾ ਸੀਗਾ ਐਲਰਜੀ ਐਂਟੀ ਐਲਰਜੀ, ਤਾਂ ਉਹ ਠੀਕ ਹੋ ਜਾਂਦਾ ਸੀਗਾ 15-20 ਮਿੰਟ ਦੇ ਵਿੱਚ। ਇਹ ਲੁਧਿਆਣੇ ਇੰਡੋਸ ਟਾਵਰ ਦੇ ਵਿੱਚ ਕੰਮ ਕਰਦਾ ਸੀਗਾ ਜੀ, 3 ਕੁ ਮਹੀਨੇ ਹੋਏ ਸੀਗੇ ਇਹਨੂੰ ਲੁਧਿਆਣੇ ਸ਼ਿਫਟ ਕੀਤੇ ਨੂੰ, ਅਤੇ 3 ਕੁ ਮਹੀਨੇ ਤੋਂ ਜੀ ਉੱਥੇ ਕੰਮ ਕਰ ਰਿਹਾ ਸੀਗਾ। ਅਸੀਂ ਇਤਵਾਰ ਨੂੰ ਉੱਥੇ ਜਾਣਾ ਸੀਗਾ ਜਲੰਧਰ ਕਿਸੇ ਕੰਮ 'ਤੇ ਜੀ ਘਰੇਲੂ, ਅਤੇ ਅਸੀਂ ਉੱਥੋਂ ਹੀ ਉਹਨੂੰ ਪਿੱਕ ਕਰਨਾ ਸੀਗਾ। ਉਹਨੇ ਸੈਚਰਡੇ ਆਉਣਾ ਸੀ ਲੇਕਿਨ ਸੈਚਰਡੇ ਛੁੱਟੀ ਨਹੀਂ ਮਿਲੀ, ਉਹ ਕਹਿੰਦਾ ਤੁਸੀਂ ਇੱਥੇ ਆ ਜਾਣਾ ਅਤੇ ਮੈਨੂੰ ਇੱਥੋਂ ਪਿੱਕ ਕਰ ਲੈਣਾ। ਮੈਂ ਕਿਹਾ ਠੀਕ ਹੈ ਜੀ। 6:30 ਸਵੇਰੇ ਗੱਲ ਹੋਈ ਹੈ ਜੀ ਉਹਨਾਂ ਨਾਲ, ਮੈਂ ਕਿਹਾ ਵੀ ਅਸੀਂ ਚੱਲ ਰਹੇ ਹਾਂ ਨਾਭੇ ਤੋਂ ਤੁਰ ਪਏ ਹੈਗੇ ਹਾਂ ਅਤੇ ਤੁਸੀਂ ਤਿਆਰ ਹੋ ਜਾਣਾ। ਕਹਿੰਦਾ ਜੀ ਮੈਂ ਡਿਊਟੀ 'ਤੇ ਹਾਂ ਇਸ ਟਾਈਮ, ਕੰਮ 'ਤੇ ਹਾਂ ਕੰਪਲੀਟ 'ਤੇ ਕਰ ਰਿਹਾ, ਤੁਸੀਂ ਆਰਾਮ ਨਾਲ ਆ ਜਾਣਾ ਵੀ ਮੈਂ ਇਸ ਟਾਈਮ ਜੋਬ ਦੇ ਉੱਪਰ ਹਾਂ। ਕਿਹਾ ਕੋਈ ਗੱਲ ਨਹੀਂ ਬੇਟਾ। ਲਓ ਜੀ ਅਸੀਂ 7:45 ਲੁਧਿਆਣਾ ਐਂਟਰ ਕਰ ਰਹੇ ਸੀਗੇ, ਘਰ ਦਾ ਐਡਰੈਸ ਨਾ ਹੋਣ ਕਰਕੇ ਅਸੀਂ ਮੈਂ ਉਹਨੂੰ ਫੋਨ ਕਰ ਰਿਹਾ ਸੀ ਵਾਰ ਵਾਰ ਵੀ ਅਸੀਂ ਕਿੱਥੇ ਪਹੁੰਚੀਏ, ਲੇਕਿਨ ਉਹ ਫੋਨ ਨਹੀਂ ਪਿੱਕ ਕੀਤਾ। ਜਦੋਂ ਫੋਨ ਉਹਦੇ ਦੋਸਤ ਨੇ ਇੱਕ ਪਿੱਕ ਕੀਤਾ ਜਿਹਦੇ ਘਰ ਉਹ ਕੰਮ ਕਰ ਰਿਹਾ ਸੀ, ਰਹਿ ਰਿਹਾ ਸੀਗਾ, ਉਹਦਾ ਦੋਸਤ ਵੀ ਸੀਗਾ, ਕੁਲਿਕ ਵੀ ਸੀ, ਅਤੇ ਉਹ ਕਹਿੰਦਾ ਵੀ ਤੁਹਾਡਾ ਬੇਟਾ ਜੀ ਇਹ ਲੜਕਾ ਹੈਗਾ ਭਰਿੰਡ ਲੜ ਗਈ ਹੈ ਇਹਦੇ ਅਤੇ ਇਹ ਬੇਹੋਸ਼ ਹੋ ਗਿਆ। ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਘਬਰਾ ਨਾ, ਵੀ ਇਹ ਪਹਿਲਾਂ ਵੀ ਲੜਦੀ ਹੈਗੀ ਹੈ, ਕਿਸੇ ਵੀ ਨਜ਼ਦੀਕ ਜਿਹੜਾ ਹੋਸਪਿਟਲ ਹੈਗਾ ਡਾਕਟਰ ਹੈਗਾ ਉਹ ਤੋਂ ਐਂਟੀ ਐਲਰਜੀ ਟੀਕਾ ਲਵਾ ਦੇ ਤਾਂ ਠੀਕ ਹੋ ਜਾਏਗਾ, ਅਸੀਂ ਵੀ ਪਹੁੰਚ ਰਹੇ ਹਾਂ। ਕਹਿੰਦੇ ਤੁਸੀਂ ਕਿੱਥੋਂ? ਮੈਂ ਕਿਹਾ ਜੀ ਅਸੀਂ ਲੁਧਿਆਣਾ ਐਂਟਰ ਕਰ ਰਹੇ ਹਾਂ। ਕਹਿੰਦੇ ਤੁਸੀਂ ਛੇਤੀ ਆ ਜਾਓ। ਮੈਂ ਕਿਹਾ ਠੀਕ ਹੈ ਅਸੀਂ ਆ ਰਹੇ ਹਾਂ, ਤੁਹਾਨੂੰ ਲੋਕੇਸ਼ਨ ਸੈਂਡ ਕਰ ਦੇ, ਅਸੀਂ ਪਹੁੰਚ ਰਹੇ ਹਾਂ। ਦੇਖੋ ਉਹਨਾਂ ਲੋਕੇਸ਼ਨ ਸੈਂਡ ਕੀਤੀ, ਬਾਈ ਚਾਂਸ ਉਹ 10 ਕੁ ਮਿੰਟ ਦੇ ਰਸਤੇ 'ਤੇ ਸੀਗਾ, ਗੈਪ 'ਤੇ ਸੀ, ਅਸੀਂ ਆਪਣਾ 10 ਕੁ ਮਿੰਟ 'ਚ ਉੱਥੇ ਪਹੁੰਚ ਗਏ 15 ਮਿੰਟ ਦੇ ਵਿੱਚ, ਅਤੇ ਜਾ ਕੇ ਦੇਖਿਆ ਉਹ ਆਪਣਾ ਮੰਜੇ ਦੇ ਉੱਤੇ ਬੇਹਾਲ ਪਿਆ ਸੀਗਾ। ਅਸੀਂ ਫਟਾਫਟ ਚੱਕਿਆ, ਗੱਡੀ 'ਚ ਪਾਇਆ ਅਤੇ ਪੋਲੋ ਹੋਸਪਿਟਲ ਦੇ ਵਿੱਚ ਚਲੇ ਗਏ ਹਾਂ ਜੀ। ਉੱਥੇ ਉਹ ਡਾਕਟਰਾਂ ਨੇ ਚੈੱਕ ਕਰਿਆ, ਉਹ ਕਹਿੰਦੇ ਵੀ ਕੀ ਹੋਇਆ? ਮੈਂ ਕਿਹਾ ਜੀ ਇਹਦੇ ਨੂੰ ਐਲਰਜੀ ਸੀਗੀ ਭਰਿੰਡ ਤੋਂ, ਭਰਿੰਡ ਲੜੀ ਹੈਗੀ ਹੈ, ਅਤੇ ਇਹਦੇ ਇੱਕ ਟੀਕਾ ਲਗਾ ਦਿਉ ਠੀਕ ਹੋ ਜਾਏਗਾ। ਉਹਨਾਂ ਨੇ ਚੈੱਕ ਚੁੱਕ ਕੀਤਾ ਜੀ, ਅੰਦਰ ICU 'ਚ ਲੈ ਗਏ ਨੇ ਅਤੇ ECG ਵਗੈਰਾ ਕਰੀ ਗਈ। ਉਸ ਤੋਂ ਬਾਅਦ ਉਹ ਕਹਿੰਦੇ ਵੀ ਇਹ ਤਾਂ ਕੁਛ ਨਹੀਂ ਹੈਗਾ, ਡੈੱਡ ਹੈ। ਸਾਨੂੰ ਬੜਾ ਧੱਕਾ ਲੱਗਿਆ ਉਸ ਤੋਂ। ਮੈਂ ਕਿਹਾ ਵੀ ਨਹੀਂ ਪੋਸੀਬਲ ਨਹੀਂ ਹੋ ਸਕਦਾ। ਉਹ ਕਹਿੰਦੇ 1/2 ਘੰਟਾ ਹੋ ਗਿਆ ਹੈਗਾ ਭਰਿੰਡ ਲੜੀ ਨੂੰ ਵੀ ਇਹ ਤਾਂ ਡੈੱਡ ਹੈ ਇਸ ਟਾਈਮ। ਮੈਂ ਕਿਹਾ ਯਾਰ ਇਸ 1.5 ਘੰਟੇ ਬਾਅਦ ਵੀ, 2 ਘੰਟੇ ਬਾਅਦ ਵੀ ਟੀਕਾ ਲਗਵਾਉਂਦੇ ਹਾਂ ਤਾਂ ਕੋਈ ਦਿੱਕਤ ਨਹੀਂ ਆਈ ਅੱਜ ਤੱਕ, ਵੀ ਡੈੱਡ ਨਹੀਂ ਹੋ ਸਕਦਾ ਹੈਗਾ ਇਹ। ਪਰ ਉਹ ਕਹਿੰਦੇ ਵੀ ਨਹੀਂ ਜੀ ਇਹ ਤਾਂ ਡੈੱਡ ਹੈ, ਤੁਸੀਂ ਇਹਨੂੰ ਜਿਸ ਤਰ੍ਹਾਂ ਲੈ ਕੇ ਜਾਣਾ ਚਾਹੋ ਲੈ ਜਾਓ। ਮੈਂ ਹਾਂਜੀ ਪਹਿਲਾਂ 1-2 ਵਾਰ ਹੋਈ ਹੈ ਜੀ, ਅਤੇ 1.5 ਘੰਟੇ ਬਾਅਦ ਅਸੀਂ ਇੰਜੈਕਸ਼ਨ ਲਗਵਾਉਂਦੇ ਸੀਗੇ, ਕਿਉਂਕਿ ਫੀਲਡ ਦਾ ਕੰਮ ਸੀਗਾ ਇਹਦਾ, ਤਾਂ ਕੋਈ ਪਿੰਡ ਘਰੇ ਤਾਂ ਕਈ 1-2 ਵਾਰ ਘਰੇ ਵੀ ਸ਼ਾਇਦ ਲੜੀ ਹੋਵੇ, ਪਰ ਫੀਲਡ 'ਚ ਲੜੀ ਹੈਗੀ ਹੈ, ਪਿੰਡ 'ਚ ਲੜੀ ਹੈਗੀ ਹੈ, ਤਾਂ ਅਸੀਂ ਸਾਡੇ ਕੋਲ ਆ ਜਾਂਦਾ ਸੀਗਾ ਉਹ, ਚਾਹੇ ਕੋਈ ਛੱਡ ਜਾਂਦਾ ਸੀ ਉਹਨੂੰ, ਤਾਂ ਅਸੀਂ ਟੀਕਾ ਲਗਵਾਉਂਦੇ ਸੀ ਕਿ ਠੀਕ ਹੋ ਜਾਂਦਾ ਸੀਗਾ। ਪਰਿਵਾਰਕ ਮੈਂਬਰ ਜੀ 2 ਭੈਣਾਂ ਨੇ ਜੀ, ਇੱਕ ਵੱਡੀ ਹੈ ਉਹ ਮੈਰਿਡ ਹੈ, ਛੋਟੀ ਬਰਾਬਰ ਦੀ ਹੈ ਜੀ, 30 ਸਾਲ ਦੀ ਲੜਕੀ ਹੈ ਜੀ, ਉਹਦੇ ਵਿਆਹ ਵਾਸਤੇ ਅਸੀਂ ਦੇਖ ਰਹੇ ਸੀਗੇ, ਅਤੇ ਫਾਦਰ ਨੇ ਉਹ ਰਿਟਾਇਰ ਨੇ ਜੀ। ਪੂਰੇ ਪਰਿਵਾਰ ਦਾ ਇੱਕ ਇਹੀ ਥੰਮ ਸੀਗਾ ਜੀ ਜਿਹੜਾ ਗਿਰ ਚੁੱਕਿਆ ਅਤੇ ਪਰਿਵਾਰ ਪੂਰਾ ਢਹਿ ਚੁੱਕਿਆ ਜੀ।